ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੋਹਿਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਸਾਵਾਂ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਕੇ ਆਪ ਸਰਬੱਤ ਸੰਗਤਾਂ ਨੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸਮਾਂ ਹੋਇਆ ਹੈ ਚੱਲ ਰਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਦਾ, ਜਿਸ ਦੇ ਵਿੱਚ ਚਾਰ ਪੌੜੀਆਂ ਦੀ ਵਿਚਾਰ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਪੰਜਵੀਂ ਪੌੜੀ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ, ਪ੍ਰਭ ਕੋ ਸਿਮਰੈ ਸੇ ਧਨਵੰਤੇ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਧਨਵੰਤੇ ਹਨ, ਧਨਵੰਤ ਹਨ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਅਕਾਲ ਪੁਰਖ ਪਰਮਾਤਮਾ ਦਾ ਨਾਮ ਰੂਪੀ ਧਨ ਹੈ, ਅਤੇ ਨਾਮ ਰੂਪੀ ਧਨ ਹੋਣ ਕਰਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਉਹ ਧਨਵੰਤੇ ਹਨ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦੇ ਹਨ। ਕਿਉਂਕਿ ਦੋ ਪ੍ਰਕਾਰ ਦਾ ਧਨ ਮੰਨਿਆ ਜਾਂਦਾ, ਇੱਕ ਹੈ ਸੰਸਾਰੀ ਧਨ, ਜਿਸ ਧਨ ਨੂੰ ਪ੍ਰਾਪਤ ਕਰਨ ਵਾਸਤੇ ਜੀਵ ਬਹੁਤ ਯਤਨ ਕਰਦਾ ਹੈ, ਦਿਨ ਰਾਤ ਮਿਹਨਤ ਕਰਦਾ ਹੈ ਕਿ ਮੇਰੇ ਪਾਸ ਜ਼ਿਆਦਾ ਤੋਂ ਜ਼ਿਆਦਾ ਧਨ ਹੋਵੇ। ਅਤੇ ਗੁਰਬਾਣੀ ਵਿੱਚ ਸਾਹਿਬਾਂ ਦੇ ਬਚਨਾਂ ਨੂੰ ਪੜ੍ਹਦੇ ਹਾਂ, ਜਿਹੜਾ ਦੁਨਿਆਵੀ ਧਨ ਹੈ, ਦੁਨਿਆਵੀ ਮਾਇਆ ਹੈ, ਇਹ ਕਦੀ ਵੀ ਇੱਕ ਦੀ ਹੋ ਕੇ ਨਹੀਂ ਰਹਿੰਦੀ। ਸਾਹਿਬਾਂ ਦੇ ਬਚਨ ਹਨ, ਖਸਮ ਮਰੇ ਤਉ ਨਾਰ ਨਾ ਰੋਵੈ, ਉਸ ਰਖਵਾਰੋ ਔਰੋ ਹੋਵੈ। ਇੱਥੇ ਨਾਰ ਦੇ ਅਰਥ ਹਨ ਮਾਇਆ। ਕਹਿੰਦੇ ਖਸਮ ਮਰੇ ਤਉ ਨਾਰ ਨਾ ਰੋਵੈ, ਸੁਭਾਵਿਕ ਹੈ ਜਦੋਂ ਕਿਸੇ ਨਾਰ ਕਿਸੇ ਇਸਤਰੀ ਦਾ ਖਸਮ ਤੋਂ ਭਾਵ ਕੇ ਪਤੀ ਮਰ ਜਾਵੇ, ਉਹ ਰੋਂਦੀ ਹੈ, ਵਿਰਲਾਪ ਕਰਦੀ ਹੈ, ਦੁੱਖ ਦੇ ਨਾਲ ਕਰਲਾਉਂਦੀ ਹੈ, ਕਿਉਂਕਿ ਉਹਦੇ ਜੀਵਨ ਦਾ ਸਹਾਰਾ ਸੀ। ਅਤੇ ਦੇਖ ਲੈਣਾ ਕਰੋ, ਕਹਿੰਦੇ ਮਾਇਆ ਇੱਕ ਐਸੀ ਇਸਤਰੀ ਹੈ, ਖਸਮ ਮਰੇ ਤਉ ਨਾਰ ਨਾ ਰੋਵੇ। ਕਹਿੰਦੇ ਮਾਇਆ ਦਾ ਇੱਕ ਖਸਮ ਮਰ ਵੀ ਜਾਵੇ ਅਤੇ ਮਾਇਆ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਰੋਂਦੀ ਨਹੀਂ। ਕਿਉਂ ਨਹੀਂ ਰੋਂਦੀ? ਕਿਉਂਕਿ ਉਸ ਰਖਵਾਰੋ ਔਰੋ ਹੋ ਗਏ। ਕਹਿੰਦੇ ਉਸ ਮਾਇਆ ਦਾ ਜਿਹੜਾ ਰਖਵਾਲਾ ਹੈ, ਉਹਦਾ ਜਿਹੜਾ ਮਾਲਕ ਹੈ, ਉਹਦਾ ਜਿਹੜਾ ਪਤੀ ਹੈ, ਉਹ ਦੂਸਰਾ ਆਣ ਕੇ ਉਹਨੂੰ ਸਾਂਭ ਲੈਂਦਾ ਹੈ। ਕਿਉਂਕਿ ਮਾਫ ਕਰਨਾ, ਕੋਈ ਬੁਢੇਪੇ ਦੇ ਵਿੱਚ ਮਾਂ ਬਾਪ ਦੀ ਸੇਵਾ ਕਰੇ ਜਾਂ ਨਾ ਕਰੇ, ਮਾਂ ਬਾਪ ਨੂੰ ਸਾਂਭੇ ਜਾਂ ਨਾ ਸਾਂਭੇ, ਪਰ ਜਦੋਂ ਗੱਲ ਆਵੇਗੀ ਨਾ ਮਾਇਆ ਦੀ ਤਾਂ ਦੇਖ ਲੈਣਾ ਕਰੋ, ਉਹ ਆਖੇਗਾ ਮੇਰਾ ਜ਼ਿਆਦਾ ਹੱਕ ਬਣਦਾ, ਤੇਰਾ ਘੱਟ ਬਣਦਾ ਹੈ। ਮਾਂ ਬਾਪ ਦੀ ਮਾਇਆ 'ਤੇ ਤਾਂ ਹੱਕ ਹੈ, ਮਾਂ ਬਾਪ ਦੇ ਪਦਾਰਥਾਂ 'ਤੇ ਤਾਂ ਆਪਣਾ ਹੱਕ ਜਤਾਉਂਦੇ ਹਾਂ, ਪਰ ਜਦੋਂ ਗੱਲ ਉਹਨਾਂ ਦੀ ਸੇਵਾ ਦੀ ਆਵੇਗੀ, ਫਿਰ ਪਾਸਾ ਵੱਟਦੇ ਕਿ ਸੇਵਾ 'ਤੇ ਭਾਈ ਤੂੰ ਹੀ ਕਰ। ਅਤੇ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਐਸੇ ਹਾਲਾਤ ਵੀ ਦੇਖੇ ਹਨ
हरियाणे के एक नगर के असी अपने उस्ताद जी के नाल कथा करन वास्ते गए ते जदों सुभाविक है जीव की मौत हुंदी उहदियां अस्थियां एक घड़े दे विच पा के रखियां जांदियां हन तां कि उहनूं किसे चलदे होए जल दे विच प्रवाह किया जाए जां ज़्यादातर पंजाब दे विच कीरतपुर साहिब जांदे हन ते उहनां दे घर दे विच खुल्ला सहज पाठ करन वास्ते गए ते अस्थियां विसर्जन करन वास्ते जाणा सी परिवार दे मैंबरां ने ते ज्ञानी जी कह लगे अस्थियां नूं लै करके आओ तां कि अरदास कीती जावे क्योंकि पहला अरदास कीती जांदी फिर घर वाले चाले पाउंदे हन ते जदों अस्थियां नूं लियाउण वास्ते आखिया जांदा जिहड़ा बजुर्ग मरिया सी उहदी जमीन जायदाद दा कोई अंत नहीं अरबां खरबां पति बंदा तीन उहदे पुत्र ते तिन्नां पुत्रां ने वधिया तों वधिया कोठियां पाईआं बड़ी जमीन जायदाद दे मालक ते जदों पुछया कि अस्थियां कित्थे हन कहन लगे एक मोटर है भाव पंजाब दे विच जिवें खूह जिथों पानी निकलदा है मोटर दे एक छोटा जिहा कमरा कहिंदे उस छोटे दे कमरे दे विच सांभ के रखियां हन कहन तों भाव के देख लैणा करो जिहड़ा बंदा कदी अपने आप दे विच बड़ा माण करदा सी मेरे तीन पुत्र हन तिन्हां ने टॉप दियां कोठियां पाईआं हन कारां गड्डियां मकान जिहनूं मन दे विच बड़ा हंकार सी ते मरन तों बाद उहनां कोठियां दे विच अस्थियां जोगी भी थां नहीं सी अस्थियां भी उहनां ने घर तों बाहर रखियां कि पता नहीं बापू मरन तों बाद किते घर दे विच ही ना रह जावे इन्ना मन दे विच डर सी क्योंकि जिन्ना चिर बंदा जिउंदा है जिन्ना चिर साह चलदे हन जां कह लैणा करो जिन्ना चिर शरीर काम करदा है जिन्ना चिर कमाउंदा है उन्ना चिर बंदे दी कदर है माफ करियो बंदा मंजी ते भी पै जावे ते उहदी भी बेकदरी हो जांदी है ते कहन लगे कि तिन्ना कोठियां दे विच इन्नी भी थां नहीं कि उस बजुर्ग दियां अस्थियां भी रख दित्तियां जाण ते ये जिहड़ी दुनियावी माया है कदी भी एक दी हो करके नहीं रहिंदी ये समा आउण ते देख लैणा करो अज किसे कोल है कल किसे होर दे कोल ते परसों किसे होर कोल होवेगी ते एक है परमात्मा दा नाम रूपी धन जिहड़ा धन असी बाणी पढ़ के परमात्मा दा सिमरन करके सतसंगत करके एकत्र करदे हाँ दुनियावी माया ते इत्थे रह जावेगी पर जिहड़ा परमात्मा दा नाम रूपी धन है वह लोक भी सवारदा है ते परलोक भी सवारदा है इस करके धन धन श्री गुरु अर्जन देव महाराज जी कृपा करदे हन कि प्रभु को सिमरै से धनवंते कहिंदे असल दे विच ओह धनवंत हन जिन्हां ने अकाल पुरख परमात्मा दा नाम जप के जीवन दे विच नाम रूपी धन नूं एकत्र कीता है प्रभ को सिमरै से पतवंते ते जिहड़े परमात्मा दा सिमरन करदे हन पतवंते तों भाव के उही इज्जत वाले हन परमात्मा दी दरगाह दे विच उहनां दी ही इज्जत हुंदी है उहनां नूं ही माण सन्मान मिलदा है जिहड़े अकाल पुरख परमात्मा दा सिमरन करदे हन पढ़दे हन ओह धनवंत कुलवंत पतवंत जीवन मुक्त जिस हृदय भगवंत उही कहिंदे तलवंत हन कुलवंत तों भाव के चंगी कुल वाले हन पतवंत तों भाव के इज्जत वाले हन शोभा वाले हन जिन्हां दे हिरदे दे विच अकाल पुरख परमात्मा दा वासा है ते गुरु अर्जन देव महाराज जी कृपा करदे हन प्रभ को सिमरै से पतवंते कहिंदे ओह पत वाले हन इज्जत वाले हन परमात्मा दी दरगाह दे विच उहनां दी इज्जत हुंदी है वडियाई हुंदी है जिहड़े अकाल पुरख परमात्मा दा सिमरन करदे हन प्रभ को सिमरै से जन परवान कहिंदे जिहड़े अकाल पुरख परमात्मा दा सिमरन करदे हन उही जिहड़े गुरमुख जन हन अकाल पुरख परमात्मा दी दरगाह दे विच प्रमाणिक हुंदे हन उहनां नूं ही प्रवान कीता जांदा जिहड़े अकाल पुरख परमात्मा दा नाम जपदे हन प्रभ को सिमर है से पुरख प्रधान ते उही कहिंदे पुरख प्रधान हन भाव श्रेष्ठ हन सारियां दे आगू हन सारियां दे मुखी हन जिहड़े अकाल पुरख परमात्मा दा सिमरन करदे हन पढ़दे हन पंच परवान पंच प्रधान पंचे पावहे दरगहे मान
पंज तों भाव के गुरमुख जन जिहड़े परमात्मा दा नाम जपदे हन उही प्रवान हन ते उही अकाल पुरख परमात्मा दी दरगाह दे विच प्रधान हन जिहड़े अकाल पुरख परमात्मा दा नाम जपदे हन। प्रभ को सिमर है से बेमोह ताजे, ते जिहड़े अकाल पुरख परमात्मा दा सिमरन करदे हन कहिंदे ओह बेमोह ताजे होया करदे हन, भाव किसे दी मोहताजी नहीं करदे, किसी की गुलामी नहीं करते, बेमोहताज बेपरवाह हो करके खुल करके आजादी दे विच अपना जीवन बतीत करते हैं। बस एक अकाल पुरख परमात्मा का डर भय अपने हिरदे विच रखते हैं। संसारक मनुखां दे पासों वो डरते नहीं, बड़े बेपरवाह हो करके अपना जीवन बतीत करते हैं। प्रभ को सिमरै से सर्ब के राजे, ते सतगुरु साहब महाराज जी कृपा करते हैं कि भाई वो सारिया के राजे हैं, सारिया तो श्रोमणी हैं, जेडे अकाल पुरख परमात्मा का सिमरन करते हैं वो सारिया के राजे हैं, वह राजिया के भी राजे हैं जेडे अकाल पुरख परमात्मा का सिमरन करते हैं, अकाल पुरख परमात्मा याद करते हैं। प्रभ को सिमर है से सुखवासी, जेडे अकाल पुरख परमात्मा दा सिमरन करदे हन कहिंदे ओह सुखवासी हन, भाव सुखां दे सहत वसदे हन, उहनां दे जीवन दे विच कहिंदे अकाल पुरख परमात्मा ने सुख भर देना कीते, ओह सुखां दे सहत हन जिहड़े अकाल पुरख परमात्मा दा सिमरन करदे हन। प्रभ को सिमरै सदा अविनाशी, ते जिहड़े अकाल पुरख परमात्मा दा सिमरन करदे हन कहिंदे ओह अविनाशी तों भाव के नाश तों रहत हो जांदे हन, क्योंकि अकाल पुरख परमात्मा अविनाशी है। पढ़दे हन अविनाशी जीवन को दाता सिमरत सब मल खोई, ते जिहड़े अकाल पुरख परमात्मा दा सिमरन करदे हन कहिंदे ओह भी अविनाशी हो जांदे हन, क्योंकि जिहड़े अकाल पुरख परमात्मा दा सिमरन करदे हन ओह परमात्मा वर्गे ही हो जांदे हन, उहनां दे विच ते परमात्मा दे विच कोई अंतर नहीं रह जांदा, जिहड़े अकाल पुरख परमात्मा दा हर वेले सिमरन करदे हन परमात्मा दी बंदगी करदे हन ओह भी अविनाशी हो जांदे हन, नाश तों रहत हो जांदे हन। सिमरन ते लागे जिन्हें आप दयाला, पर एक सवाल पैदा होंदा कहिंदे सिमरन दे विच लगदा कौन है, परमात्मा दा सिमरन करदा कौन है, सिमरन ते लागे जिन्हें आप दयाला, कहिंदे जिहदे उपर आप परमात्मा दयालू होवे ना, जिहदे उपर आप परमात्मा कृपा करे, कहिंदे उही अकाल पुरख परमात्मा दे सिमरन दे विच लगदे हन, क्योंकि हर बंदा अकाल पुरख परमात्मा दा सिमरन भी नहीं कर सकता, जिहनू अकाल पुरख परमात्मा आप बुलाउंदा है, जिहदे उपर अकाल पुरख परमात्मा दया करदा है, तरस करदा है, रहमत करदा है, कहिंदे उही अकाल पुरख परमात्मा दा सिमरन करदे हन, उहदी बंदगी करदे हन। नानक जन की मंगै रवाला, ते धन धन श्री गुरु अर्जन देव महाराज जी पंजवीं पौड़ी दे अखीर दे विच कृपा करदे हन कि जिहड़े जन अकाल पुरख परमात्मा दा सिमरन करदे हन, परमात्मा दी बंदगी करदे हन, जिहड़े अपनी किरत दे नाल नाल अकाल पुरख परमात्मा नूं याद भी करदे हन, क्योंकि ये गुरबाणी दा सिद्धांत है किरत भी करनी है, जो अकाल पुरख परमात्मा ने जिम्मेवारियां बख्शियां उहनां नूं भी निभाउणा है। बाणी विच पढ़दे हन नामा कहे ते लोचना मुख ते राम संभाल, हाथ पाओ कर काम सब चीत निरंजन नाल, क्योंकि देख लैना करो एग्जैम्पल दे तौर पर उदाहरण दे तौर पर असी ज़्यादा समा मेरिया भैणा रसोई का काम कर दिया हन, लंगर बनाउणा घर दे वास्ते रोटी बनाउणी जां घर दी साफ सफाई करनी, ते जदों असी लंगर बनाउणा है लंगर वास्ते हत्थां दी लोड़ पैंदी है, जिब्बा दे नाल असी चाहिए ते बाणी पढ़ सकते हाँ, घर दा कोई भी काम करना उहदे वास्ते हत्थां पैरां दी लोड़ पवेगी, ते जे चाहिए बिरती ऐसी बना लेना करिए जिब्बा दे नाल असी वाहिगुरू वाहिगुरू जां जिहड़ी बाणी कंठ होवे उस बाणी दा जाप भी कर सकते हाँ,
ਅਤੇ ਸੱਚ ਜਾਣਿਓ ਜਦੋਂ ਬਾਣੀ ਪੜ੍ਹਦੇ ਹੋਏ ਸਿਮਰਨ ਕਰਦੇ ਹੋਏ ਘਰ ਦਾ ਕੰਮ ਕਰਾਂਗੇ ਰੋਟੀ ਪਾਣੀ ਤਿਆਰ ਕਰਾਂਗੇ ਨਾ ਉਸ ਭੋਜਨ ਦੇ ਵਿੱਚ ਵੀ ਬਰਕਤ ਆਵੇਗੀ ਉਹ ਭੋਜਨ ਨਹੀਂ ਭੋਜਨ ਵੀ ਅੰਮ੍ਰਿਤ ਰੂਪੀ ਬਣ ਜਾਵੇਗਾ ਜੇ ਪਰਮਾਤਮਾ ਦਾ ਨਾਮ ਜਪਦੇ ਹੋਏ ਭੋਜਨ ਤਿਆਰ ਕਰਾਂਗੇ ਕਿਉਂਕਿ ਸਿਆਣਿਆਂ ਦੇ ਬਚਨ ਹਨ ਜੈਸਾ ਅੰਨ ਤੈਸਾ ਮਨ ਜੈਸਾ ਬਾਣੀ ਤੈਸਾ ਪਾਣੀ ਜਿਵੇਂ ਦੀ ਸਾਡੀ ਬਾਣੀ ਹੋਵੇਗੀ ਕਿਉਂਕਿ ਬਾਣੀ ਦਾ ਪਾਣੀ 'ਤੇ ਬੜਾ ਅਸਰ ਪੈਂਦਾ ਹੈ ਅਤੇ ਜਿਵੇਂ ਦਾ ਅੰਨ ਹੋਵੇਗਾ ਉਵੇਂ ਦਾ ਖਾਣ ਵਾਲਿਆਂ ਦਾ ਮਨ ਹੋਵੇਗਾ ਅਤੇ ਜਦੋਂ ਨਾਮ ਜਪ ਕੇ ਬਾਣੀ ਪੜ੍ਹਦੇ ਹੋਏ ਅਸੀਂ ਆਪਣੇ ਘਰ ਦੇ ਕੰਮ ਕਰਾਂਗੇ ਅਤੇ ਕੰਮਾਂ ਦੇ ਵਿੱਚ ਵੀ ਬਰਕਤ ਪਵੇਗੀ ਜਿਹੜਾ ਭੋਜਨ ਪ੍ਰਸ਼ਾਦਾ ਤਿਆਰ ਕਰਾਂਗੇ ਉਹ ਵੀ ਅੰਮ੍ਰਿਤ ਰੂਪੀ ਹੋ ਜਾਵੇਗਾ ਜਿਹੜੇ ਉਸ ਭੋਜਨ ਪ੍ਰਸ਼ਾਦੇ ਨੂੰ ਖਾਣਗੇ ਖਾਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਵਿਕਾਰ ਨਹੀਂ ਪੈਦਾ ਹੋਣਗੇ ਮਨ ਦੇ ਵਿੱਚ ਸ਼ਾਂਤੀ ਆਵੇਗੀ ਉਸ ਭੋਜਨ ਨੂੰ ਛੱਕ ਕੇ ਉਹ ਵੀ ਤ੍ਰਿਪਤ ਹੋਣਗੇ ਇਸ ਕਰਕੇ ਗੁਰਬਾਣੀ ਦੇ ਬਚਨ ਹਨ ਕਿ ਨਾਮਾ ਕਹਿ ਤੇ ਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਕਹਿੰਦੇ ਆਪਣਾ ਕੰਮ ਕਾਰ ਵੀ ਕਰ ਅਤੇ ਨਾਲ ਨਾਲ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਵੀ ਕਰ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਸਿਮਰਨ ਉਹੀ ਕਰਦੇ ਹਨ ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਪਰਮਾਤਮਾ ਦੀ ਦਇਆ ਹੋਵੇ ਅਕਾਲ ਪੁਰਖ ਪਰਮਾਤਮਾ ਜਿਨ੍ਹਾਂ ਦੇ ਉੱਪਰ ਤਰਸ ਕਰਦਾ ਹੈ ਉਹਨਾਂ ਨੂੰ ਹੀ ਸਿਮਰਨ ਦੀ ਦਾਤ ਬਖਸ਼ਦਾ ਹੈ ਨਾਨਕ ਜਨ ਕੀ ਮੰਗੈ ਰਵਾਲਾ ਅਤੇ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦੇ ਹਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਅਸੀਂ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਮੰਗਦੇ ਹਾਂ ਰਵਾਲਾ ਤੋਂ ਭਾਵ ਕੇ ਚਰਨ ਧੂੜੀ ਅਸੀਂ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦੇ ਹਨ ਸਤਿਗੁਰ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਇਹ ਸਤਿਗੁਰ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਵੀ ਹਿਰਦੇ ਵਿੱਚ ਵਸ ਜਾਣਾ ਕਰੇ ਅਸੀਂ ਵੀ ਵੱਧ ਤੋਂ ਵੱਧ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪੀਏ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰੀਏ ਜਿਸ ਕਰਕੇ ਇਹੋ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਜਾਣਾ ਕਰੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਗੁਰੂ ਕੀਆਂ ਸੰਗਤਾਂ ਨੇ ਮੁਆਫੀ ਬਖਸ਼ਣੀ ਅਗਾਂਹ ਵਾਸਤੇ ਸਮਤ ਬਖਸ਼ਣੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ